जालंधर कैंट के अंतर्गत पड़ते गांव नंगल कराखा में बाबा बालकनाथ मंदिर में बड़ी उत्साह पूर्वक बाबा जी का 15वां वार्षिक मेला करवाया गया, जिसमें झंडे की रस्म अदा की गई और बाबा जी की चौकी भी लगवाई गई। आई हुई संतों ने बाबा जी का गुणगान करके व नाच कर अपनी खुशी व्यक्त की। इस मौके पर बाबा जी का लंगर भी अटूट बरताया गया, जिसमें मुख्य सेवादार स्वर्गीय बारूराम जस्सल के परिवार ने निभाई। इस अवसर पर गणमान्य व्यक्ति मौजूद रहे, जैसे घनश्याम जस्सल, गुरविंदर जस्सल, बरविंदर जस्सल, सुनील अरोड़ा, आशीष जस्सल, लखविंदर जस्सल, परशोत्तम लाल और गांव के सभी सदस्यों का काफी सहयोग रहा। जालंधर कैंट से संदीप कुमार की विशेष रिपोर्ट। अज पिंड नंगल कराखा नज़दीक जलंधर छावनी ने अज 15वां मेला बाबे बालकनाथ जी का बड़ी धूमधाम के नाल मनाया गया, जिहड़ा कि हर साल मनाया आखिरी ऐतवार को मनाया जाता है। तो ये मेन योगदान जस्सल परिवार के बाबू राम जी जस्सल परिवार के वलों ये मेन योगदान किया जाता है। सारे नगर के सहयोग के नाल हर साल मनाया जाता है। ये चाह पकौड़िया का लंगर ਅਤੇ ਬਾਬੇ ਜੀ ਦੀ ਚੌਂਕੀ ਲਗਾਈ ਗਈ। ਉਸ ਤੋਂ ਬਾਅਦ ਗੁਰੂ ਘਰ ਦਾ ਜਿਹੜਾ ਲੰਗਰ ਹੈ ਉਹ ਸੰਗਤ ਨੂੰ ਵਰਤਾਇਆ ਜਾਊਗਾ। ਕਿਸਾਨ ਸਾਹਿਬ ਚਲਾਏ ਗਏ ਅਤੇ ਜਿਹੜਾ ਵੀਰਵਾਰ ਆ ਰਿਹਾ ਇਸ ਵੀਰਵਾਰ ਨੂੰ ਬੱਸ ਰਵਾਨਾ ਹੋਵੇਗੀ ਉੱਥੇ ਬਾਬੇ ਬਾਲਕਨਾਥ ਜੀ ਦੇ ਦਰਬਾਰ ਨੂੰ, ਜਿਹੜੇ ਕਿ 3 ਦਿਨ ਉੱਥੇ ਰਹਿ ਕੇ ਵੀਰਵਾਰ, ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਵਾਪਸੀ ਆਵੇਗੀ। ਇਸ ਤਰੀਕੇ ਨਾਲ ਹਰ ਸਾਲ ਇਹ ਆਖਰੀ ਐਤਵਾਰ ਜਿਹੜਾ ਚੇਤ ਦਾ ਆਖਰੀ ਐਤਵਾਰ ਉਸ ਦਿਨ ਨੂੰ ਮਨਾਇਆ ਜਾਂਦਾ ਹੈ। ਸਾਰੇ ਨਗਰ ਦੇ ਸਹਿਯੋਗ ਦੇ ਨਾਲ ਜੈ ਬਾਬੇ ਦੀ ਪੋਨਾਰ ਜੀ ਦਾ ਬਹੁਤ ਸੱਚੇ ਦਰਬਾਰ ਕੀ ਹੈ। ਜਲੰਧਰ ਕੈਂਟ ਵਿਖੇ ਪਿੰਡ ਨੰਗਾ ਕਲਾਂਚ ਦੇ ਵਿੱਚ ਬਾਬਾ ਬਾਲਕਨਾਥ ਜੀ ਦਾ 15ਵਾਂ ਵਾਰਸ਼ਿਕ ਮੇਲਾ ਕਰਾਇਆ ਜਾ ਰਿਹਾ ਹੈ, ਜੋ ਕਿ ਹਰ ਸਾਲ ਜ਼ਿਆਦਾ ਇਸ ਸਾਲ ਵੀ ਬੜੀ ਹੀ ਧੂਮਧਾਮ ਅਤੇ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ ਹੈ। ਮੰਦਿਰ ਦੇ ਵਿੱਚ ਕਈ ਦਿਨਾਂ ਤੋਂ ਰਾਤ ਨੂੰ ਚੌਂਕੀਆਂ ਲੱਗ ਰਹੀਆਂ ਹਨ, ਅੱਜ ਵੀ ਝੰਡੀ ਰਸਮ ਤੋਂ ਬਾਅਦ ਚੌਂਕੀ ਲੱਗ ਰਹੀ ਹੈ ਅਤੇ ਚਾਹ ਪਕੌੜੇ ਦਾ ਲੰਗਰ ਵਰਤਾਇਆ ਜਾ ਰਿਹਾ ਹੈ। 2 ਵਜੇ ਪ੍ਰਸ਼ਾਦੇ ਦਾ ਲੰਗਰ ਵੀ ਸਟਾਰਟ ਹੋਵੇਗਾ। ਹਰ ਤਰ੍ਹਾਂ ਦੀ ਜਗ੍ਹਾ ਇਸ ਸਾਲ ਵੀ ਅਤੇ ਹਰ ਆਉਣ ਵਾਲੇ ਹਰ ਸਾਲ ਦੇ ਵਿੱਚ ਬੜੀ ਧੂਮਧਾਮ ਸ਼ਰਧਾ ਦੇ ਨਾਲ ਇੱਕ ਮੇਲਾ ਕਰਵਾਇਆ ਜਾਏਗਾ। ਇਹ ਬਾਲੂ ਰਾਮ ਜੱਸਲ ਦੇ ਪਰਿਵਾਰ ਵੱਲੋਂ ਅਤੇ ਸਮੂਹ ਜੱਸਲ ਪਰਿਵਾਰ ਵੱਲੋਂ ਮੇਲਾ ਕਰਵਾਇਆ ਜਾ ਰਿਹਾ ਹੈ। ਜੈਕਾਰਾ ਪਾਉਣਾ ਜੀ ਦਾ ਬਹੁਤ ਸੱਚੇ ਦਰਬਾਰ ਕੀ ਹੈ। ਬਲਵਿੰਦਰ ਕੁਮਾਰ ਬਾਲੂ ਰਾਮ ਦੇ ਜਿਸ ਪਰਿਵਾਰ ਵੱਲੋਂ ਬਾਬਾ ਬਾਲਕਨਾਥ ਨੰਬਰ ਵਿੱਚ ਝੰਡਾ ਚੜਾਇਆ ਗਿਆ ਔਰ ਬਾਬਾ ਜੀ ਦੀ ਚੌਂਕੀ ਵੀ ਲਗਾਈ ਗਈ, ਇਸਮੇ ਬਾਬਾ ਜੀ ਕਾ ਲੰਗਰ ਵੀ ਵਰਤਾਇਆ ਗਿਆ। ਧੰਨਵਾਦ।